ਪਾਤਸ਼ਾਹ ਜੀ ਦੇ ਅਮੋਲਕ ਬਚਨ ਇਸ ਤਰ੍ਹਾਂ ਅੱਗੇ ਬਖਸ਼ੇ ਹਨ। ਹਰ ਕਾ ਨਾਮ ਉੱਤਮ ਮਨ ਵਸੈ, ਮੇਟ ਨਾ ਸਕੈ ਕੋਈ। ਐਸੇ ਭਾਣਾ ਮੰਨਣ ਵਾਲੇ ਦੇ ਮਨ ਅੰਦਰ ਪਰਮਾਤਮਾ ਦਾ ਜੋ ਸ੍ਰੇਸ਼ਟ ਉੱਤਮ ਅਵਲ ਨਾਮ ਹੈ ਉਹ ਅੰਦਰ ਨਿਵਾਸ ਕਰ ਜਾਂਦਾ, ਤੇ ਜਿਹਦੇ ਅੰਦਰ ਨਾਮ ਵਸੇ ਫਿਰ ਉਹ ਕੀ ਬਣ ਗਿਆ? ਨਾਮ ਕਿਹਦਾ? ਪਰਮਾਤਮਾ ਦਾ ਨਾਮ ਕੀ ਹੈ? ਹੁਕਮ, ਹੁਕਮ ਕੀ ਹੈ? ਮਾਲਕ ਦੀ ਪੂਰਨ ਤੌਰ ਤੇ ਰਜ਼ਾ 'ਚ ਸਮਰਪਣ ਕਰਕੇ ਰਹਿਣਾ। ਨਾਮ ਕੀ ਹੈ? ਇੱਕੋ ਨਾਮ ਹੁਕਮ ਹੈ। ਨਾਮ ਕੀ ਹੈ? ਕਿਹੜੇ ਨਾਮ ਦੇ ਅਸੀਂ ਦਾਅਵੇ ਕਰਨੇ ਵੀ ਨਾਮ ਜਪਣਾ, ਨਾਮ ਜਪਣਾ? ਨਾਮ ਸਾਰਾ ਤਾਂ ਜਪਨੇ ਹੈ ਅਸੀਂ ਰਜ਼ਾ ਵਿੱਚ ਰਹਿਣਾ ਸਿੱਖ ਲਈਏ। ਜਿੱਦਣ ਰਜ਼ਾ ਵਿੱਚ ਰਹਿਣਾ ਸਿੱਖ ਲਿਆ ਸਮਝ ਲਓ ਉਦਣ ਜਪਿਆ ਗਿਆ, ਉਹਨਾਂ ਚਿਰ ਜਪਿਆ ਨਹੀਂ ਗਿਆ ਸਾਡੇ ਕੋਲ। ਭਾਵੇਂ ਉਹ ਜਪਣ ਦੇ ਢੰਗ ਕੋਈ ਹੋਣ, ਉਹ ਕੀਰਤਨ ਜ਼ਰੀਏ ਹੋ ਸਕਦਾ, ਉਹ ਕਥਾ ਜ਼ਰੀਏ ਹੋ ਸਕਦਾ, ਉਹ ਆਪਾਂ ਪਾਠ ਬਾਣੀ ਕਰਕੇ ਹੋ ਸਕਦਾ, ਵਾਹਿਗੁਰੂ ਸ਼ਬਦ ਕਹਿ ਕੇ ਹੋ ਸਕਦਾ, ਉਹ ਮੂਲ ਮੰਤਰ ਦਾ ਪਾਠ ਕਰਕੇ ਹੋ ਸਕਦਾ। ਜਪਣਾ ਸਾਰਿਆਂ ਦਾ ਨਾਮ, ਇਸ ਤਰ੍ਹਾਂ ਨਾਮ ਜਪਿਆ। ਪਰ ਜਪਣ ਦਾ ਅਸਲ ਅਰਥ ਹੈ ਇੱਕੋ ਨਾਮ ਹੁਕਮ ਹੈ। ਵਾਹਿਗੁਰੂ ਦਾ ਜੋ ਨਾਮ ਹੈ ਉਹ ਮਾਲਕ ਦਾ ਹੁਕਮ ਜਾਨੀ ਭਾਣਾ ਹੈ, ਤੇ ਜਿਹਨੇ ਭਾਣਾ ਮੰਨ ਲਿਆ ਸਮਝ ਲੈਣਾ ਉਹਨੇ ਨਾਮ ਜਪ ਲਿਆ, ਭਾਵੇਂ ਰਸਨਾ ਤੋਂ ਬਹੁਤ ਨਾ ਅਲਾਪਿਆ ਹੋਵੇ, ਉਹਨੇ ਜਪ ਲਿਆ, ਰਜ਼ਾ ਜੋ ਰਹਿ ਰਿਹਾ। ਤੋ ਪਾਤਸ਼ਾਹ ਕਹਿੰਦੇ ਹਰ ਕਾ ਨਾਮ ਉੱਤਮ ਮਨ ਵਸੈ, ਹਰੀ ਦਾ ਸ੍ਰੇਸ਼ਟ ਅੱਬਲ ਉੱਤਮ ਨਾਮ ਜਦੋਂ ਕਿਸੇ ਦੇ ਮਨ ਵਿੱਚ ਵਸੇਬਾ ਕਰਦਾ, ਤੇ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਜਿਹੜੇ ਹਿਰਦੇ ਵਿੱਚੋਂ ਵਾਹਿਗੁਰੂ ਦੇ ਨਾਮ ਦਾ ਵਸੇਬਾ ਹੋ ਗਿਆ, ਜਿੱਥੋਂ ਉਹਦੀ ਧੁਨ ਉੱਠ ਰਹੀ ਆ, ਕਿਉਂਕਿ ਅੰਦਰ ਹੈ ਤੇ ਉੱਠੇਗੀ ਨਾ, ਵਰਨਾ ਕੰਠੇ ਤੋਂ ਤਾਂ ਰਹੇਗੀ, ਜੀਭਾ ਜਪੇਗੀ, ਨੇਤਰ ਪੜਨਗੇ, ਕੰਠਾ ਬੋਲੇਗਾ, ਸਵਾਸਾਂ ਦਾ ਪ੍ਰੈਸ਼ਰ ਬਣੇਗਾ। ਅਸੀਂ ਆਖਿਆ ਮੈਂ ਨਾਮ ਜਪ ਲਿਆ, ਨਾਮ ਨਹੀਂ ਜਪਿਆ ਗਿਆ। ਨਾਮ ਕਦੋਂ ਜਪਿਆ ਜਾਏਗਾ? ਜਦੋਂ ਤੇਰੇ ਅੰਤਰ ਸਥਲ ਤੋਂ ਪਰਮਾਤਮਾ ਦਾ ਨਾਮ ਪ੍ਰਗਟ ਹੋਣਾ ਸ਼ੁਰੂ ਹੋ ਜਾਏ, ਸਹਿਜ ਸੁਭਾਏ ਰੁਮਕ ਲੱਗ ਜਾਏ, ਉਹਨੂੰ ਆਖਿਆ ਫਿਰ ਉਠਤ ਬੈਠਤ ਸੋਵਤ ਨਾਮ। ਹਰ ਵੇਲੇ ਰਜ਼ਾ 'ਚ ਭਾਣੇ 'ਚ ਹੁਕਮ 'ਚ ਰਹਿੰਦਾ ਉਹ ਬੰਦਾ, ਹਰ ਵੇਲੇ ਨਾਮ ਜਪ ਰਿਹਾ, ਹੁਣ ਸੁੱਤਾ ਕਿਵੇਂ ਜਪੇਗਾ? ਉੱਥੇ ਵੀ ਸਾਡੇ ਅੰਦਰ ਵਿਰੋਧਾ ਭਾਵ ਪੈਦਾ ਹੋ ਜਾਂਦੇ ਕਈ ਵਾਰ, ਵੀ ਸੁੱਤਾ ਵੀ ਜਪਦਾ, ਬਈ ਸੁਰਤੀ ਬਣ ਗਈ ਉਹ ਸੁੱਤਾ ਵੀ ਜਪ ਰਿਹਾ। ਸੁੱਤਾ ਜਪਣਾ ਮਤਲਬ 24 ਘੰਟੇ ਮਾਲਕ ਦੀ ਰਜ਼ਾ ਵਿੱਚ ਆਪਣੇ ਆਪ ਨੂੰ ਸਮਰਪਣ ਰੱਖਦਾ ਉਹ ਸੁੱਤਾ ਹੈ, ਕਿਉਂਕਿ ਕਿਆ ਸਵਣਾ ਕਿਆ ਜਾਗਣਾ। ਮਹਾਰਾਜ ਕਿਉਂ? ਤੁਸੀਂ ਤੇ ਕਹਿੰਦੇ ਹੋ ਜਾਗ, ਤੁਸੀਂ ਕਹਿੰਦੇ ਹੋ ਕਿਆ ਸਵਣਾ ਕਿਆ ਜਾਗਣਾ, ਤੇ ਨਾਲ ਕਹਿੰਦੇ ਗੁਰਮੁਖ ਤੇ ਪ੍ਰਵਾਨ, ਉਹਦਾ ਸੌਣਾ ਵੀ ਪ੍ਰਵਾਨ ਤੇ ਉਹਦਾ ਜਾਗਣਾ ਵੀ ਪ੍ਰਵਾਨ, ਪਰ ਸ਼ਰਤ ਹੈ ਜਦੋਂ ਉਹ ਗੁਰਮੁਖ ਬਣੇ, ਜਦੋਂ ਗੁਰੂ ਦੇ ਸਨਮੁਖ ਹੁਕਮ ਦੀ ਪਾਲਣਾ ਕਰੇ। ਹੁਕਮ ਨਹੀਂ ਪਾਲਿਆ ਗਿਆ ਤੋ ਗੁਰਮੁਖ ਬਣ ਨਹੀਂ ਪਾਇਆ, ਗੁਰਮੁਖ ਬਣ ਨਹੀਂ ਪਾਇਆ ਤੇ ਸਮਝ ਲੈ ਸੱਜਣਾ ਤੇਰਾ ਸੌਣਾ ਸੌਣਾ ਹੋਵੇਗਾ ਤੇ ਤੇਰਾ ਜਾਗਣਾ ਵੀ ਸੌਣਾ ਹੀ ਹੋਵੇਗਾ, ਕਿਉਂਕਿ ਜਾਗ ਕੇ ਵੀ ਕੁਛ ਨਹੀਂ ਹੋਇਆ। ਉੱਥੇ ਸਵਣਾ ਜਾਗਣਾ ਪ੍ਰਵਾਨ ਨਹੀਂ ਹੋਣਾ, ਸੌਣਾ ਤੇ ਸੌਣਾ ਹੀ ਹੈ, ਫਿਰ ਤੇਰਾ ਜਾਗਣਾ ਵੀ ਸੌਣ ਵਿੱਚ ਸ਼ਾਮਿਲ ਹੋ ਜਾਏਗਾ। ਕਿਉਂ? ਕਿਉਂਕਿ ਜਾਗ ਕੇ ਵੀ ਅਸੀਂ ਉਹਦੇ ਨਾਲ ਜੁੜ ਨਹੀਂ ਸਕੇ, ਸਾਡਾ ਜਾਗਣਾ ਵੀ ਸੁੱਤਿਆਂ ਵਰਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਸਮਤ ਦਿੰਦੀ, ਕਹਿੰਦੇ ਹਰ ਕਾ ਨਾਮ ਉੱਤਮ ਮਨ ਵਸੈ, ਫਿਰ ਕੀ ਕਰੇਗਾ? ਮੇਟ ਨਾ ਸਕੈ ਕੋਏ। ਜੇ ਮਨ ਵਿੱਚ ਨਾਮ ਵਸ ਜਾਏ ਨਾ, ਤੇ ਨਾਮ ਦੇ ਜਿਹੜੇ ਸੰਸਕਾਰ ਨੇ, ਸੰਸਕਾਰ ਕੀ ਹੈ? ਦਇਆ, ਧਰਮ, ਧੀਰਜ, ਸ਼ੁਭ ਗੁਣ ਅੰਦਰ ਪ੍ਰਵੇਸ਼ ਹੋਣਗੇ, ਇਹ ਨਾਮ ਦੇ ਸੰਸਕਾਰ ਨੇ। ਸਾਡੇ ਅੰਦਰ ਧੀਰਜ ਤੇ ਹੁੰਦਾ ਨਹੀਂ, ਅਸੀਂ ਕਹਿੰਦੇ ਨਾਮ ਮੈਂ ਬੜਾ ਜਪਦਾ, ਧੀਰਜ ਹੈ ਨਹੀਂ, ਸੰਸਕਾਰ ਨਹੀਂ ਬਣੇ, ਜਪਿਆ ਸੰਸਕਾਰ ਨਹੀਂ ਬਣੇ, ਇਹ ਸੰਸਕਾਰ ਬਣਨਗੇ। ਦਇਆ ਆਏਗੀ, ਤੇਰੇ ਅੰਦਰ ਦਇਆ ਨਹੀਂ ਤਾਂ ਤੇਰੇ ਤੋਂ ਜਪਿਆ ਨਹੀਂ ਗਿਆ। ਇਹ ਡੈਫੀਨੇਸ਼ਨ ਹੈ ਪਰਮਾਤਮਾ ਦੇ ਨਾਮ ਦੀ, ਪਰਿਭਾਸ਼ਾ ਹੈ।
ਇਹਨੂੰ ਸਮਝਣਾ। ਅਸੀਂ ਜਪ ਰਹੇ ਹਾਂ, ਜਪਣ ਦਾ ਦਾਅਵਾ ਅਸੀਂ ਸਾਰੇ ਕਰਦੇ ਵੀ ਸਭ ਜਪ ਰਹੇ ਨੇ, ਮੁਬਾਰਕ ਹੈ, ਪਰ ਜਦੋਂ ਜਪਦਿਆਂ ਜਪਦਿਆਂ ਅੰਦਰ ਧੀਰਜ ਨਹੀਂ ਆਇਆ, ਦਇਆ ਨਹੀਂ ਆਈ, ਧਰਮ ਦਾ ਯਾਨੀ ਨਿਯਮ ਦਾ, ਮਰਿਆਦਾ ਦਾ, ਗੁਰੂ ਦੇ ਹੁਕਮ ਦੇ ਪਾਲਣ ਦਾ ਅੰਦਰ ਢੰਗ ਨਹੀਂ ਆਇਆ, ਤੇ ਸਾਧ ਸੰਗਤ ਸਾਡੇ ਕੋਲੋਂ ਅਜੇ ਜਪਿਆ ਨਹੀਂ ਗਿਆ। ਫਿਰ ਨਾਮ ਅੰਦਰ ਵੱਸਦਾ ਤੇ ਕੀ ਕਰਦਾ? ਕਹਿਣ ਲੱਗੇ ਮੇਟ ਨਾ ਸਕੈ ਕੋਏ, ਕੀ ਨਾ ਮੇਟ ਸਕੇ? ਵਾਹਿਗੁਰੂ ਜੀ ਦੇ ਨਾਮ ਰਾਹੀਂ ਪੈਦਾ ਹੋਏ ਸੰਸਕਾਰ ਨੂੰ ਕੋਈ ਮਨੁੱਖ, ਕੋਈ ਵਿਕਾਰ, ਕੋਈ ਮਾਇਕ ਪ੍ਰਭਾਵ ਉਹਨੂੰ ਫਿਰ ਮਿਟਾ ਨਹੀਂ ਸਕਦਾ। ਉਹਦੀ ਅਵਸਥਾ ਹੀ ਇੰਨੀ ਉੱਚੀ ਹੋ ਗਈ ਹੈ। ਤੁਸੀਂ ਪੜ੍ਹੋ ਕਬੀਰ ਸਾਹਿਬ ਜੀ ਦਾ ਪਾਵਨ ਸਲੋਕ 174 ਨੰਬਰ, ਕਬੀਰ ਸਾਹਿਬ ਦਾ ਪਾਵਨ ਸਲੋਕ 174 ਨੰਬਰ ਸਲੋਕ ਹੈ। ਕਬੀਰ ਸੰਤ ਨਾ ਛਾਡੈ ਸੰਤਈ, ਜੋ ਕੋਟਿਕ ਮਿਲੈ ਅਸੰਤ। ਪੁੱਛਿਆ ਜੀ ਕਿਵੇਂ ਨਹੀਂ ਛੱਡਦਾ? ਇੱਕ ਉਦਾਹਰਣ ਦੇ ਕੇ ਨਾਲ ਹੀ ਤੱਤ ਦੀ ਗੱਲ ਸਮਝਾਈ। ਕਹਿੰਦੇ ਮਲਿਆਗਰ ਪੁਯੰਗਮ ਬੇਡਿਓ, ਮਲਿਆਗਰ ਮਲਿਆ ਨਾਮੀ ਪਹਾੜ ਤੇ ਪੈਦਾ ਹੋਣ ਵਾਲਾ ਚੰਦਨ, ਮਲਿਆਗਰ ਮਲਿਆ ਪਲੱਸ ਅਗਰ, ਅਗਰ ਨਾਮ ਸੁਗੰਧੀ ਦਾ, ਮਲਿਆ ਨਾਮੀ ਪਹਾੜ ਤੇ ਜੋ 52 ਚੰਦਨ ਪੈਦਾ ਹੁੰਦਾ ਹੈ ਸਾਧ ਸੰਗਤ ਜੀਓ, ਮਲਿਆਗਰ। ਫਿਰ ਕਹਿੰਦੇ ਪੁਯੰਗਮ, ਪੁਯੰਗਮ ਨਾਮ ਸੱਪ ਦਾ ਹੈ, 52 ਚੰਦਨ ਦੇ ਉੱਪਰ ਸੱਪ ਲਿਪਟੇ ਰਹਿੰਦੇ ਨੇ, ਤੇ ਕਬੀਰ ਸਾਹਿਬ ਕਹਿੰਦੇ ਨੇ ਸੱਪ ਦਾ ਸੁਭਾਅ ਹੈ ਜ਼ਹਿਰੀਲਾ, ਉਹਦੇ ਅੰਦਰ ਜ਼ਹਿਰ ਭਰਿਆ, ਤੇ ਜਦੋਂ ਸੱਪ ਨੂੰ ਜ਼ਹਿਰ ਪਾਗਲ ਕਰਦਾ ਹੈ ਨਾ, ਬਾਵਰਾ ਬਣਾਉਂਦਾ ਹੈ, ਉਹ ਕ੍ਰੋਧਿਤ ਹੋ ਜਾਂਦਾ, ਕ੍ਰੋਧਿਤ ਹੋਇਆ ਸੱਪ, ਫਿਰ ਜਿਹੜੀ ਚੀਜ਼ ਸਾਹਮਣੇ ਆ ਜਾਏ ਉਹਨੂੰ ਡੰਗ ਮਾਰਦਾ। ਚੰਦਨ ਵਿੱਚ ਠੰਡਕ ਹੈ, ਸ਼ੀਤਲ ਹੈ, ਸੱਪ ਉਹਦੇ ਦੁਆਲੇ ਲਿਪਟਿਆ ਪਿਆ, ਉਹਨੂੰ ਜਦੋਂ ਜ਼ਹਿਰ ਸਤਾਉਂਦਾ ਹੈ ਤੇ ਉਹ ਚੰਦਨ ਦੇ ਬੂਟੇ ਤੇ ਡੰਗ ਮਾਰ ਦਿੰਦਾ, ਪਰ ਚੰਦਨ ਉੱਤੇ ਉਸ ਜ਼ਹਿਰ ਦਾ ਕੋਈ ਅਸਰ ਨਹੀਂ ਹੁੰਦਾ। ਜ਼ਹਿਰ ਜਿੰਨਾ ਮਰਜ਼ੀ ਸੱਪ ਚੰਦਨ ਉੱਤੇ ਪਲਟ ਦੇਵੇ, ਪਰ ਚੰਦਨ ਵਿੱਚ ਇਹ ਗੁਣ ਹੈ ਕਿ ਸੱਪ ਦੇ ਜ਼ਹਿਰ ਨੂੰ ਵੀ ਉਹ ਆਪਣੇ ਵਿੱਚ ਜਜ਼ਬ ਕਰ ਲੈਂਦਾ, ਪਰ ਉਹ ਚੰਦਨ ਨੂੰ ਕੋਈ ਛੂਏ, ਕੋਈ ਸੁੰਘ ਲਵੇ, ਉਹਦੇ ਉੱਤੇ ਜ਼ਹਿਰ ਦਾ ਅਸਰ ਨਹੀਂ ਹੋਵੇਗਾ। ਸਾਧ ਸੰਗਤ ਜੀ, ਇਹ ਮਨੁੱਖ ਦਾ, ਭਗਤ ਦਾ, ਗੁਰਮੁਖ ਦਾ, ਜਿਹਦੇ ਹਿਰਦੇ ਵਿੱਚ ਨਾਮ ਵਸਿਆ ਉਹਦਾ ਸੁਭਾਅ ਹੈ। ਇੱਥੇ ਗੱਲ ਚੰਦਨ ਦੀ ਨਹੀਂ ਹੈ, ਇੱਥੇ ਗੱਲ ਸੱਪ ਦੀ ਨਹੀਂ ਹੈ। ਸੱਪ ਤੇ ਚੰਦਨ ਸਿਰਫ ਐਗਜ਼ੈਂਪਲ ਦੇ ਤੌਰ ਤੇ ਵਰਤੇ ਗਏ ਨੇ। ਤਤ ਸਾਰ ਤਾਂ ਇਹ ਹੈ ਕਿ ਇਹ ਸੁਭਾਅ ਜਿਹਦੇ ਹਿਰਦੇ ਵਿੱਚ ਨਾਮ ਵਸ ਜਾਏ ਉਹਦਾ ਇਹ ਸੁਭਾਅ ਬਣ ਜਾਂਦਾ। ਇੰਨਾ ਠੰਡਾ ਲੋਕ ਡਸੀ ਜਾਂਦੇ ਨੇ, ਕ੍ਰੋਧ ਕ੍ਰੋਧ ਕਰੀ ਜਾਂਦੇ ਨੇ, ਨਫ਼ਰਤ ਕਰੀ ਜਾਂਦੇ ਨੇ, ਵਿਸ਼ਿਆਂ ਵਿਕਾਰਾਂ ਦੀ ਚਾਰੇ ਪਾਸਿਓਂ ਪਰਮਾਰ ਹੈ। ਜਿਵੇਂ ਸੱਪ ਦਾ ਡਸਣਾ, ਇਸੇ ਤਰ੍ਹਾਂ ਉਹਦੇ ਚੌਗਿਰਦੇ ਵਿਕਾਰਾਂ ਦੀ, ਦੁੱਖਾਂ ਦੀ, ਬੁਰਾਈਆਂ ਦੀ ਪਰਮਾਰ ਹੈ, ਪਰ ਉਹਦੇ ਮਨ ਉੱਤੇ ਕੋਈ ਅਸਰ ਨਹੀਂ ਹੋਣਾ, ਕਿਉਂਕਿ ਉਹਦਾ ਸੁਭਾਅ ਚੰਦਨ ਵਰਗਾ ਹੋਗਾ। ਮਲਿਆਗਰ ਪੁਯੰਗਮ ਬੇਡਿਓ, ਤਾਂ ਸ਼ੀਤਲਤਾ ਨਾ ਤਜੰਤ। ਆਪਣੀ ਠੰਡੇ ਸੁਭਾਅ ਵਾਲੀ ਬਿਰਤੀ ਨੂੰ ਚੰਦਨ ਕਦੇ ਵੀ ਨਹੀਂ ਛੱਡਦਾ। ਇਸ ਤਰ੍ਹਾਂ ਜਿਨ੍ਹਾਂ ਦੇ ਅੰਦਰ ਨਾਮ ਵੱਸਦਾ ਉਹ ਵੀ ਆਪਣਾ ਸ਼ੀਤਲਤਾ ਵਾਲਾ ਸੁਭਾਅ ਨਹੀਂ ਤਿਆਗਦੇ, ਭਾਵੇਂ ਦੁਨੀਆ ਉਹਨਾਂ ਦੇ ਵਿਰੋਧ ਵਿੱਚ ਕਿਉਂ ਨਾ ਖੜੀ ਹੋਵੇ, ਉਹਨਾਂ ਦਾ ਆਪਣਾ ਸੁਭਾਅ ਹੈ ਸਹਿਣਸ਼ੀਲਤਾ। ਤਾਂਹੀਓ ਤੇ ਬਾਣੀ 'ਚ ਆਖਿਆ ਸੀ ਬਾਬਾ ਫਰੀਦ ਸਾਹਿਬ ਨੇ, ਫਰੀਦਾ ਦਰਵੇਸ਼ਾਂ ਨੂੰ ਲੋੜ ਹੀ ਹੈ, ਰੁੱਖਾਂ ਦੀ ਜੀਰਾਂਦ। ਜਿਵੇਂ ਰੁੱਖਾਂ ਵਿੱਚ ਜਲਣ ਸ਼ਕਤੀ ਹੈ, ਧੁੱਪ ਸਹਾਰਦੇ ਨੇ, ਹਨੇਰੀਆਂ ਝੱਖੜਾਂ ਨੂੰ ਸਹਾਰਦੇ ਨੇ, ਉਹ ਸਰਦੀ ਨੂੰ ਸਹਾਰਦੇ ਨੇ, ਬਰਫ਼ ਪੈ ਜਾਏ ਸਹਾਰਦੇ ਨੇ, ਉਹ ਰਾਤ ਤੇ ਦਿਨ ਸਭ ਸਹਾਰਦੇ ਨੇ, ਉਹ ਰੁੱਤਾਂ ਨੂੰ ਸਹਾਰਦੇ ਨੇ ਆਪਣੇ ਤਨ ਤੇ, ਪਰ ਉਹਨਾਂ ਨੇ ਕਦੇ ਗਿਲਾ ਨਹੀਂ ਕੀਤਾ। ਉਹ ਜਿਹੜਾ ਵੀ ਉਹਦੇ ਛਾਵੇਂ ਆ ਕੇ ਬਹਿ ਜਾਏ ਉਹਨੂੰ ਛਾਂ ਦਿੰਦਾ, ਉਹਨਾਂ ਵਿੱਚ ਜਰਨ ਸ਼ਕਤੀ ਹੈ। ਉਹ ਤੇ ਕੱਟਣ ਵਾਲੇ ਨੂੰ ਵੀ, ਜਿਹੜਾ ਪਾਣੀ ਵਿੱਚ ਸੁੱਟ ਕੇ ਉਹਦੇ ਉੱਤੇ ਚੜ੍ਹ ਕੇ ਬਹਿ ਜਾਏ ਉਹਨੂੰ ਵੀ ਪਾਰ ਲਾ ਦਿੰਦਾ, ਉਹਦਾ ਆਪਣਾ ਸੁਭਾਅ। ਤੋ ਦਰਵੇਸ਼ਾਂ ਨੂੰ ਲੋੜ ਹੀ ਹੈ ਰੁੱਖਾਂ ਦੀ ਜੀਰਾਂਦ। ਇਹ ਅਵਸਥਾ ਬਣਦੀ ਹੈ ਜਦੋਂ ਕਿਸੇ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਾਸਾ ਕਰਦਾ ਹੈ। ਕਿਰਪਾ ਕਰੇ ਜਿਸ ਆਪਣੀ,
तिस कर्म प्राप्त होए। जिस उत्ते आप सच्चा गुरु परमात्मा कृपा करता है ओनू ये बख्शिश मिलती है। कृपा तो बिना ये बख्शिशा हासिल नहीं हो सकदियां। जिहड़े दावे असी करने भी नाम मैं जप रहा सच्चे पातशाह कहिंदे नहीं, ये दावा ना करिया कर, क्योंकि बख्शिश होवेगी। तू यतन करदे रहना तेरा फर्ज है, करी जा, पर बख्शिश होवेगी ते ओ नाम जपया होया तेरे संस्कार बन जाएगा। जे बख्शिश ना होई ते स्वंती बूंद असमानो आई सप दे मुख विच पैगी जहर बन जाती है। जे बख्शिश ना होवे ते जपया अहंकार बन जाता। जपया है पर जपया होया अहंकार बन जाएगा, वर देगा सराफ देगा। जप लिया शक्ति ते आ गई, स्वंती बूंद असमानो आई है। जे ओ सप दे मुख पै जाए ते जहर बन जाती है। साध संगत है चंगी चीज पर टिकाणा गलत। इसे तरह नाम उत्तम है पर जे जपन वाले दे अंदर वाहेगुरु की कृपा ना वरती ते उस जपे हुए ने उदे अंदर अहंकार बन जाना। इसलिए बड़े बड़े जपन वाले अहंकारी नजर आते हैं। तुसी झात मार के वेखो दुनिया में जपन वाले बहुत बहुत जपन वाले दावे करते अहंकारी नजर आने। तो सच्चे पातशाह बख्शिश करते ने, कृपा करे जिस अपनी तिस कर्म प्राप्त होए। नानक कारण करते वास है गुरमुख बूझे कोए। ए नानक आख कारण करते वस है। जिन्नियां खेडां ने ना वो सारियां वाहिगुरु दे अपने हाथ च ने। वो खेड रहा, वो आपे ही खेडां खेडदा है ना। गुरु बाणी विच आपां ये बचन पढ़ते हैं ना सतगुरु जी का, भला की कारण करते वस है जिन कल रखी तार। जिन्हें अपनी शक्ति जगत विच प्रगट की, कल मैंने कला अपनी शक्ति अपना बल जिन्हें कर्मा राही प्रगट किया संसार विच, उन्हें अपनी शक्ति दा चारे पासे प्रसार कर दिता। पर कारण उदे वस च है। एक बचन कबीर साहब दा, कबीर कारण वपरा क्या करे, कारण साडा कीता कर्म, साडा कीता कर्म की कर सकदा कबीर। कारण वपरा क्या करे, साडा कर्म तो इदां दा, मता करे पछम कह ताई पूर्व ही लै जात। साडा कर्म तो इदां दा, साडा मता होर हुंदा है, जाना किसे होर पासे है, कुदरत किसे होर पासे लै गई। कई बार बंदा कहिंदा जी मैं गया ते फलां काम करन सी पर फलां घर आया, वो तो होया ही नहीं, चेता ही नहीं आया जिहड़ा करन गया सी, जां किसे कारण रह गया। जो परमात्मा नूं पसंद है तेरे कदम उस पासे मुड़ जाणगे। जो रब नूं चंगा लगदा है तेरी जुबान वह बोलेगी। जो परमात्मा नूं भाउंदा है तेरे नेत्र वह वेखणगे। ते जो रब नूं पसंद है तेरे प्रति के तेनूं केड़ी दिशा च लजाणा उदां दा तेरा कन्न सुनना, कन्न सुनने आरंभ कर देना। चंगी गल छड़ दे जाणगे, बंदी सुनदे जाणगे। जे मालक तेनूं मंदे पासे लजाणा चाहुंदा है ते जिस नूं आप खवाए करता खुश लै चंगिया ही, उहदे चंगे गुण खो लैंदा। चंगे गुण की ने, गल्लां चंगियां चंगियां वह छड़ देंदा है, आलोचना करनी शुरू कर देंदा है। उहदे कन्नां विच आलोचना पैंदी है, चंगी गल नहीं पैंदी। तथ दी गल तो वांझा रह गया, सार नहीं उहने पकड़िया। संतो माखण खाया, असीं मक्खण खाण आए हां। जिहड़ा विचारदा मक्खण है ना तथ है उहनूं खाणा। संतो माखण खाया, दूजा छाछ पीए संसार, सारा संसार मानो लस्सी ही पी भी जाता है, भाव जी व्यर्थ जी चीज है। श्रेष्ठ तत् जेड़ा सारे वाहेगुरु जी दे नाम दा, उनू असी पकड़ते नहीं। कारण करते वस है जिन कल रखी धार। ते अज साहब सच्चे पातशाह कहिंदे नानक कारण करते वस है गुरमुख बूझै कोए। जिहड़ा गुरु दे सनमुख आ गया, गुरु दी रजा च भाणे च आ गया, ये गल उस नूं समझ आउणी है कि सारे कारण करता वाहिगुरु आप ही रचदा है। महला तीजा
ਨਾਨਕ ਹਰ ਨਾਮ ਜਿਨੀ ਆਰਾਧਿਆ ਅਨ ਦਿਨ ਹਰ ਲਿਵਤਾਰ ਮਾਇਆ ਬੰਦੀ ਖਸਮ ਕੇ ਤਿੰਨ ਅੱਗੇ ਕਮਾਵੇ ਕਾਰ। ਹੇ ਨਾਨਕ ਆਖ ਜਿਨ੍ਹਾਂ ਨੇ ਹਰੀ ਨਾਮ ਨੂੰ ਅਰਾਧਿਆ ਜਿਨ੍ਹਾਂ ਨੇ ਪਰਮਾਤਮਾ ਨੂੰ ਸਿਮਰਿਆ ਅਨ ਦਿਨ ਹਰ ਲਿਵਤਾਰ ਅਨ ਦਿਨ ਲਗਾਤਾਰ ਹਰ ਵੇਲੇ ਆਪਣੇ ਅੰਦਰ ਦੀ ਸੁਰਤ ਨੂੰ ਪਰਮਾਤਮਾ ਨਾਲ ਜੋੜੀ ਰੱਖਿਆ। ਸੁਰਤ ਨਹੀਂ ਉਖੜੀ, ਉਹ ਕੰਮ ਕਾਜ ਕਰਦੇ ਨੇ ਸੁਰਤ ਨਹੀਂ ਉਖੜਦੀ, ਉਹ ਦੁਕਾਨ ਤੇ ਬਹਿੰਦੇ ਨੇ ਸੁਰਤ ਨਹੀਂ ਉਖੜਦੀ। ਹਰ ਲਿਵਤਾਰ, ਲਿਵਤਾਰ ਦਾ ਅਰਥ ਕੀ, ਲਗਾਤਾਰ ਆਪਣੀ ਸੁਰਤ ਨੂੰ ਪਰਮਾਤਮਾ ਵਿੱਚ ਵਲੀਨ ਰੱਖਣਾ। ਮਾਇਆ ਬੰਦੀ ਖਸਮ ਕੀ, ਬੰਦੀ ਦਾ ਅਰਥ ਹੈ ਅਧੀਨ, ਸੇਵਕਾ, ਖਿਦਮਤਦਾਰ। ਜਿਹੜੀ ਮਾਇਆ ਹੈ ਉਹ ਪਰਮਾਤਮਾ ਦੀ ਖਿਦਮਤਦਾਰ ਹੈ, ਪਰਮਾਤਮਾ ਦੀ ਆਗਿਆ ਵਿੱਚ ਰਹਿਣ ਵਾਲੀ ਉਹਦੀ ਬੰਦੀ ਹੈ, ਉਹਦੇ ਅਨੁਕੂਲ ਚੱਲਦੀ ਹੈ। ਉਹ ਜਿਹੜੇ ਪਾਸੇ ਇਸ਼ਾਰਾ ਕਰਦਾ ਹੈ ਉੱਧਰ ਮਾਇਆ ਦੀਆਂ ਸ਼ੈਬਰਾਂ ਲਾ ਦਿੰਦਾ ਹੈ, ਉਹ ਜਿਹੜੇ ਪਾਸੇ ਇਸ਼ਾਰਾ ਕਰਦਾ ਹੈ ਤੇ ਉੱਧਰੋਂ ਘਰ ਖਾਲੀ ਹੋ ਜਾਂਦੇ ਨੇ, ਉਹਦੀ ਆਗਿਆ 'ਚ ਹੈ ਨਾ। ਪਰਮਾਤਮਾ ਦੀ ਆਗਿਆ ਵਿੱਚ ਹੈ ਮਾਇਆ, ਪਰ ਜਿਨ੍ਹਾਂ ਗੁਰਮੁਖਾਂ ਨੇ ਜਪਿਆ ਤਿੰਨ ਅੱਗੇ ਕਮਾਵੇ ਕਾਰ, ਕਿਉਂਕਿ ਉਹਨਾਂ ਨੇ ਰੱਬ ਨਾਲ ਆਪਣਾ ਨਾਤਾ ਜੋੜ ਲਿਆ। ਤੇ ਗੁਰੂ ਕੀ ਸੰਗਤ, ਜੇ ਸਾਡੀ ਕਿਸੇ ਤਨਾੜ ਬੰਦੇ ਨਾਲ ਮਿੱਤਰਤਾ ਹੋਵੇ ਜਾਂ ਕਿਸੇ ਚੰਗੇ ਅਹੁਦੇਦਾਰ ਨਾਲ ਸਾਡੀ ਬਾਣੇ ਆਵੇ, ਤਾਂ ਫਿਰ ਜਿਹੜੇ ਉਹਦੇ ਨੌਕਰ ਚਾਕਰ ਨੇ ਨਾ, ਕਦੇ ਕਦੇ ਉਹ ਕਹਿੰਦਾ ਵੀ ਜਾ ਫਲਾਣੇ ਮੇਰੇ ਮਿੱਤਰ ਦਾ ਵੀ ਕੰਮ ਅੱਜ ਕਰਕੇ ਆ, ਉਹ ਇਨਕਾਰ ਨਹੀਂ ਕਰ ਸਕਦੇ। ਉਹਨਾਂ ਨੇ ਤਾਂ ਮਾਲਕ ਦੇ ਹੁਕਮ 'ਚ ਆਉਣਾ, ਮਾਲਕ ਜਿੱਥੇ ਭੇਜ ਦੇ ਨੌਕਰ ਨੂੰ ਕੀ ਮਤਲਬ ਹੈ, ਭਾਵੇਂ ਮਾਲਕ ਕੰਮ ਆਪਣਾ ਕਰਾਏ ਭਾਵੇਂ ਗੁਆਂਢੀ ਦਾ ਕਰਾਏ, ਮਰਜ਼ੀ ਹੈ ਨਾ ਉਹਦੀ। ਇਸੇ ਤਰ੍ਹਾਂ ਜਿਹੜੇ ਭਗਤ ਜਨ ਰੱਬ ਨਾਲ ਜੁੜੇ ਨੇ ਸਾਧ ਸੰਗਤ ਜੀ, ਪਰਮਾਤਮਾ ਦੀ ਬਣਾਈ ਹੋਈ ਉਹਦੀ ਆਗਿਆਕਾਰੀ ਮਾਇਆ ਉਹਨਾਂ ਭਗਤਾਂ ਦੇ ਅੱਗੇ ਸੇਵਾਦਾਰ ਬਣ ਜਾਂਦੀ ਆ। ਭਾਵ ਅਰਥ ਕੀ ਹੈ, ਭਗਤ ਜਨ ਮਾਇਆ ਪਿੱਛੇ ਦੌੜ ਨਹੀਂ ਲਾਉਂਦੇ, ਬਲਕਿ ਮਾਇਆ ਉਹਨਾਂ ਦੀ ਸੇਵਾ ਵਿੱਚ ਆਪ ਹਾਜ਼ਰ ਹੁੰਦੀ ਹੈ। ਔਰ ਉਹ ਕਹਿੰਦੀ ਹੈ ਕਿ ਜੋ ਤੂੰ ਹੁਕਮ ਕਰੇ ਭਗਤਾ ਮੈਂ ਉਹ ਕਮਾਵਾਂ, ਕਿਉਂਕਿ ਮੈਂ ਖੁਸ਼ੀ ਮਾਲਕ ਦੀ ਲੈਣੀ ਹੈ, ਮੈਨੂੰ ਤੇਰੇ ਨਾਲ ਨਹੀਂ ਸਰੋਕਾਰ, ਮੇਰਾ ਸੰਬੰਧ ਪਰਮਾਤਮਾ ਨਾਲ ਹੈ, ਮੈਂ ਦਾਸੀ ਪਰਮਾਤਮਾ ਦੀ ਹੈ, ਤੇਰੀ ਸੇਵਾ ਕਰਾਂਗੀ। ਤੂੰ ਪਰਮਾਤਮਾ ਨੂੰ ਰਿਜ਼ਾਇਆ ਤੇ ਸੱਚ ਜਾਣੀ, ਮੈਂ ਵੀ ਮਾਲਕ ਨੂੰ ਰਿਜ਼ਾ ਲਵਾਂ ਤੇਰੀ ਸੇਵਾ ਕਰਕੇ। ਉਹ ਭਗਤਾਂ ਦੇ ਅਨੁਕੂਲ ਹੋ ਗਈ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਫਿਰ ਕਹਿੰਦੇ ਚਰਨੀ ਲਾਗੇ ਤਾਂ ਮਹਿਲ ਪਾਵੇ, ਇਹ ਮੁਰਾਤਬਾ ਤਾਂ ਹਾਸਲ ਹੁੰਦਾ ਜੇ ਕੋਈ ਮਾਲਕ ਦੇ ਕਦਮਾਂ ਨਾਲ ਇੱਕ ਮੇਕ ਹੋ ਗਿਆ, ਜੁੜਿਆ ਹੋਇਆ। ਇਹ ਬਖਸ਼ਿਸ਼ ਕਰ ਰਹੇ ਹਨ, ਪੂਰਾ ਪੂਰਾ ਕਰ ਛੋੜਿਆ ਹੁਕਮ ਸਵਾਰਨ ਹਾਰ। ਜਿਹੜਾ ਵਾਹਿਗੁਰੂ ਆਪਣੇ ਹੁਕਮ ਵਿੱਚ ਸਾਰੀ ਕਾਇਨਾਤ ਨੂੰ ਸਵਾਰਦਾ, ਸਜਾਉਂਦਾ, ਬਣਾਉਂਦਾ ਹੈ, ਉਹਨੇ ਪੂਰੇ ਗੁਰੂ ਨੂੰ ਹੁਕਮ ਕੀਤਾ ਤੇ ਪੂਰੇ ਗੁਰੂ ਦੇ ਹੁਕਮ ਨਾਲ, ਕਿਰਪਾ ਨਾਲ ਸੇਵਕ ਦਾ ਜੀਵਨ ਸਵਰ ਗਿਆ। ਰੱਬ ਨੇ, ਅਕਾਲ ਪੁਰਖ ਨੇ ਗੁਰੂ ਨੂੰ ਹੁਕਮ ਕੀਤਾ, ਪੂਰੇ ਪੂਰਾ ਕਰ ਛੋੜਿਆ, ਅਕਾਲ ਪੁਰਖ ਪੂਰੇ ਨੇ ਪੂਰਾ ਗੁਰੂ ਬਣਾਇਆ ਤੇ ਪੂਰੇ ਗੁਰੂ ਦੀ ਕਿਰਪਾ ਹੋਈ, ਉਹਨੇ ਸਾਨੂੰ ਆਪਣੀ ਬਖਸ਼ਿਸ਼ ਨਾਲ ਨਿਵਾਜਿਆ ਤੇ ਗੁਰ ਪ੍ਰਸਾਦੀ ਜਿਨ ਬੁੱਝਿਆ ਤਿਨ ਪਾਇਆ ਮੋਖ ਦੁਆਰ। ਜਿਹਨੇ ਗੁਰੂ ਦੀ ਕਿਰਪਾ ਨਾਲ ਇਸ ਰਮਜ ਨੂੰ ਬੁੱਝ ਲਿਆ ਉਹ ਮਾਇਕ ਬੰਧਨਾਂ ਤੋਂ ਆਜ਼ਾਦ ਹੋ ਜਾਂਦਾ ਔਰ ਭਾਣੇ ਵਿੱਚ ਆਪਣੇ ਆਪ ਨੂੰ ਹਮੇਸ਼ਾ ਸਮਰਪਣ ਕਰ ਦਿੰਦਾ ਹੈ। ਮਨ ਮੁਖ ਹੁਕਮ ਨਾ ਜਾਣਨੀ ਤਿੰਨ ਮਾਰੇ ਜਮ ਜੰਦਾਰ। ਮਨਮੁਖ ਬੰਦੇ ਰਜ਼ਾ ਨਹੀਂ ਸਮਝਦੇ, ਭਾਣਾ ਨਹੀਂ ਮੰਨਦੇ, ਉਹ ਤੇ ਆਪਣੀ ਹੈਂਕੜ ਵਿੱਚ ਹੀ ਆਪਣਾ ਸਮਾਂ ਬਤੀਤ ਕਰਦੇ ਨੇ, ਉਹ ਤਤ ਸਾਰ ਨਹੀਂ ਸਮਝਦੇ। ਉਹ ਸਮਝਦੇ ਜੋ ਕਰਦੇ ਸਾਡੇ ਕਰਕੇ ਹੁੰਦਾ, ਉਹ ਬਈ ਕਿਸੇ ਕਰਕੇ ਕਦੇ ਵੀ ਕੁਛ ਨਹੀਂ ਹੁੰਦਾ, ਜੋ ਹੁੰਦਾ ਉਹ ਤੇਰੇ ਭਾਣੇ ਵਿੱਚ ਹੈ, ਨਿਰੰਕਾਰ ਤੇਰੀ ਰਜ਼ਾ 'ਚ ਹੁੰਦਾ। ਆ ਤੁਸੀਂ ਕਹਾਣੀ ਤੇ ਬੜੀ ਵਾਰ ਸੁਣੀ ਹੋਵੇਗੀ, ਜੰਗਲ ਵਿੱਚ ਕਿਸੇ ਫਕੀਰ ਨੇ ਇੱਕ ਝੌਂਪੜੀ ਬਣਾਈ ਹੈ, ਉਸ ਝੌਂਪੜੀ ਵਿੱਚ ਕੁਝ ਛਿਪਕਲੀਆਂ ਰਹਿਣ ਲੱਗ ਪਈਆਂ। ਸੁਭਾਵਿਕ ਹੈ
ਚੌਂਪੜੀ ਦੇ ਉੱਪਰ ਜਿਹੜੇ ਬਾਲੇ ਪਾਏ ਨੇ, ਵਲੇ ਪਾਏ ਨੇ, ਉਹਨਾਂ ਦੇ ਨਾਲ ਉਹ ਚਿੰਬੜੀਆਂ ਰਹਿੰਦੀਆਂ ਨੇ, ਕਦੇ ਇੱਧਰ ਚਲੀ ਜਾਂਦੀਆਂ ਕਦੇ ਉੱਧਰ। ਗੱਲ ਸਿਰਫ ਸਮਝਣ ਲਈ ਹੈ, ਮਨੁੱਖ ਦੀ ਬਿਰਤੀ ਨੂੰ ਪ੍ਰਗਟ ਕਰਦੀ ਹੈ। ਸ਼ਿਪ ਕਲੀਆਂ ਪੰਜ ਸੱਤ ਇਕੱਠੀਆਂ ਹੋਈਆਂ ਤੇ ਇੱਕ ਦੂਜੀ ਨਾਲ ਸਲਾਹ ਕਰਦੀਆਂ ਨੇ, ਕਹਿੰਦੀਆਂ ਵੀ ਚਲੋ ਅੱਜ ਜੰਗਲ ਦੀ ਸੈਰ ਕਰ ਆਈਏ। ਬੜੇ ਦਿਨ ਹੋ ਗਏ ਨੇ ਝੌਂਪੜੀ 'ਚ ਰਹਿੰਦੇ ਹਾਂ, ਜੰਗਲ ਦੀ ਸੈਰ ਕਰ ਆਈਏ। ਸਾਰੀਆਂ ਤਿਆਰ ਹੋ ਗਈਆਂ, ਇੱਕ ਕਹਿੰਦੀ ਵੀ ਮੈਂ ਨਹੀਂ ਜਾ ਸਕਦੀ। ਉਹ ਕਹਿੰਦੇ ਵੀ ਤੂੰ ਕਿਉਂ ਨਹੀਂ ਜਾ ਸਕਦੀ? ਆਖਣ ਲੱਗੀ ਇਹ ਝੌਂਪੜੇ ਦੀ ਛੱਤ ਨੂੰ ਕੌਣ ਸੰਭਾਲੇਗਾ, ਇਹਨੂੰ ਤੇ ਮੈਂ ਚੁੱਕ ਕੇ ਰੱਖਣੀ ਆ। ਚੰਬੜੀ ਹੈ ਉਹਦੇ ਸਹਾਰੇ, ਬਾਵਰੀ ਚੰਬੜੀ ਹੈ ਛੱਤ ਦੇ ਸਹਾਰੇ, ਉਹਦੇ ਸਹਾਰੇ ਤੇ ਤੂੰ ਜੀ ਰਹੀ ਹੈ। ਪਰ ਕਹਿੰਦੀ ਇਸ ਛੱਤ ਨੂੰ ਕੌਣ ਸੰਭਾਲੇਗਾ? ਜੇ ਮੈਂ ਬਾਹਰ ਨਿਕਲ ਗਈ ਤੇ ਝੌਂਪੜੀ ਡਿੱਗ ਪੈਣੀ ਹੈ, ਫਿਰ ਕਿੱਥੇ ਰਵਾਂਗੇ? ਐਈ ਤੇ ਮਨੁੱਖ ਸੋਚਦਾ, ਜੇ ਮੈਂ ਆਹ ਕੰਮ ਨਾ ਕੀਤਾ ਤੇ ਫਿਰ ਕੰਮ ਵਿਗੜ ਜਾਣਾ ਹੈ। ਓਏ ਤੂੰ ਜਿੱਦਣ ਤੁਰ ਜਾਏਗਾ ਕੰਮ ਉਦਣ ਵੀ ਹੋਣਗੇ, ਕੰਮ ਥੋੜਾ ਰੁਕਣੇ ਨੇ, ਰੁਕੇ ਨੇ ਕਦੇ ਕਿਸੇ ਦੇ ਕੰਮ? ਲੱਖਾਂ ਵਾਰ ਅਸੀਂ ਇਹ ਗੱਲ ਆਪਣੇ ਜੀਵਨ ਤੇ ਪਰਖੀ, ਅਸੀਂ ਇਰਦ ਗਿਰਦ ਚੌਗਿਰਦ ਦੇ ਮਾਹੌਲ ਵਿੱਚੋਂ ਦੇਖੀ। ਕਈ ਵਾਰ ਛੋਟੇ ਛੋਟੇ ਬੱਚਿਆਂ ਦੇ ਮਾਂ ਬਾਪ ਚਲਾਣਾ ਕਰ ਜਾਂਦੇ ਨੇ, ਰੱਬ ਨਾ ਕਰੇ ਐਸਾ ਹੋ ਜਾਂਦਾ ਹੈ। ਕਈ ਵਾਰ ਉਹ ਬੱਚੇ ਸਮਾਂ ਪਾ ਕੇ ਆਪਣੀ ਮੰਜ਼ਿਲ ਹਾਸਿਲ ਕਰ ਹੀ ਲੈਂਦੇ ਹੈ, ਔਰ ਉਹ ਬੱਚੇ ਮਾਂ ਬਾਪ ਦੇ ਜਾਣ ਤੋਂ ਬਾਅਦ ਹੋਰ ਜ਼ਿਆਦਾ ਸੁਖੀ ਹੋ ਗਏ। ਕਿਵੇਂ ਹੋ ਗਏ? ਮਾਂ ਬਾਪ ਚਲੇ ਗਏ, ਬੱਚੇ ਛੋਟੇ ਸੀ, ਕਿਸੇ ਤਨਾਡ ਦੌਲਤਮੰਦ ਬੰਦੇ ਦੇ ਮਨ 'ਚ ਖਿਆਲ ਆ ਗਿਆ, ਉਹਨੇ ਆਖਿਆ ਵੀ ਮੈਨੂੰ ਵਾਹਿਗੁਰੂ ਨੇ ਸੰਤਾਨ ਨਹੀਂ ਦਿੱਤੀ, ਇਹਦੇ ਮਾਂ ਬਾਪ ਚਲੇ ਗਏ ਨੇ, ਇਹਨਾਂ ਦਾ ਪਾਲਣ ਵਾਲਾ ਕੋਈ ਵੀ ਨਹੀਂ। ਤੇ ਉਹਨੇ ਅਰਦਾਸ ਕਰਕੇ ਉਹ ਬੱਚੇ ਆਪਣੀ ਗੋਦ ਲੈ ਲਏ। ਜਿਹੜਾ ਮਾਂ ਬਾਪ ਦੋ ਵਕਤ ਦੀ ਰੋਟੀ ਮੁਸ਼ਕਿਲ ਨਾਲ ਕਮਾਉਂਦਾ ਸੀ, ਅਨਾਥ ਹੋਏ ਬੱਚਿਆਂ ਨੂੰ ਰੱਬ ਨੇ ਬੇਸ਼ੁਮਾਰ ਦੌਲਤ ਵਾਲਾ ਇੱਕ ਹੋਰ ਬਾਪ ਦੇ ਦਿੱਤਾ। ਉਹ ਬੰਦਾ ਨਹੀਂ ਕੁਛ ਕਰਦਾ, ਵਿਉਂਤਾਂ ਬਣਾ ਦਿੰਦਾ ਹੈ ਪਰਮਾਤਮਾ, ਵਿਧੀਆਂ ਪੈਦਾ ਕਰਦਾ ਹੈ ਵਾਹਿਗੁਰੂ, ਪਰ ਸਾਨੂੰ ਭੁਲੇਖਾ ਪੈ ਜਾਂਦਾ ਵੀ ਬੰਦਾ ਕੁਛ ਕਰਦਾ। ਬੰਦੇ ਨੇ ਵਿਚਾਰੇ ਨੇ ਕੀ ਕਰਨਾ, ਬਾਬਰੇ ਨੇ, ਇਹ ਕੁਛ ਨਹੀਂ ਕਰਨ ਜੋਗਾ। ਛਿਪਕਲੀ ਵਾਲੀ ਹਾਲਤ ਹੈ ਸਾਡੀ, ਜੇ ਮੈਂ ਝੌਂਪੜੀ 'ਚੋਂ ਬਾਹਰ ਨਿਕਲ ਗਈ ਤਾਂ ਫਿਰ ਝੌਂਪੜਾ ਡਿੱਗ ਪੈਣਾ, ਜੇ ਇਹ ਸੇਵਾਵਾਂ ਮੈਂ ਨਾ ਨਾ ਨਿਭਾਵਾਂ ਤੇ ਗੁਰਦੁਆਰਾ ਹੀ ਨਹੀਂ ਚੱਲਣਾ। ਹੁੰਦਾ ਏਦਾਂ ਨਹੀਂ ਹੋਣਾ, ਇਸ ਤਰ੍ਹਾਂ ਇਹ ਭਰਮ ਦਿਲ 'ਚੋਂ ਕੱਢ ਦੇਣਾ ਸਾਧ ਸੰਗਤ ਜੀ, ਇਹ ਚੱਲੇਗਾ, ਇਹ ਗੁਰੂ ਨਾਨਕ ਦਾ ਘਰ ਹੈ, ਅਸੀਂ ਰਹੀਏ ਜਾਂ ਨਾ ਰਹੀਏ ਚੱਲੇਗਾ, ਇਹ ਸ਼ਬਦ ਵਿਚਾਰ ਚੱਲੇਗੀ, ਅਸੀਂ ਹੁਣ ਮਰ ਜਾਈਏ ਜਾਂ ਘੜੀ ਨੂੰ ਮਰ ਜਾਈਏ ਚੱਲੇਗੀ, ਇਹ ਨਹੀਂ ਰੁਕਣੀ। ਇਹ ਕੰਮ ਗੁਰੂ ਨਾਨਕ ਦਾ ਹੈ, ਇਹ ਬੰਦਿਆਂ ਦਾ ਕੰਮ ਨਹੀਂ ਹੈ, ਇਹ ਚੱਲੇਗੀ। ਸੋ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਕਿ ਮਨਮੁੱਖ ਹੁਕਮ ਨਾ ਜਾਣਨੀ, ਤਿੰਨ ਮਾਰੇ ਜੰਮ ਜੰਦਾਰ। ਉਹ ਰਜ਼ਾ ਨਹੀਂ ਸਮਝਦਾ, ਭਾਣਾ ਨਹੀਂ ਸਮਝਦਾ ਵੀ ਵਾਹਿਗੁਰੂ ਸਭ ਕੁਝ ਕਰ ਰਿਹਾ। ਐਸੇ ਬੰਦੇ ਨੂੰ ਜਮਾਂ ਦੀ ਮਾਰ ਖਾਣੀ ਪੈਂਦੀ ਹੈ। ਜੰਮ ਜੰਦਾਰ, ਜੰਦਾਰ ਮੈਨੇ ਜੰਦਾਲ, ਜੰਦਾਲ ਮੈਨੇ ਜ਼ਾਲਮ, ਚੰਡਾਲ ਪੁਰਖਤ ਸੁਭਾਅ ਦਾ, ਜਿਹੜਾ ਬਹੁਤ ਦੁੱਖ ਦਿੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਐਸਾ ਜ਼ਿਕਰ ਬਹੁਤ ਵਾਰ ਆਇਆ, ਤਿੰਨ ਮਾਰੇ ਜੰਮ ਜੰਦਾਰ। ਉਹਦਾ ਕਈ ਥਾਵਾਂ 'ਤੇ, ਜ਼ਰੂਰੀ ਨਹੀਂ ਹੁੰਦਾ ਕਿ ਹਰ ਗੱਲ ਦਾ ਹਰ ਥਾਵੇਂ ਖੁਲਾਸਾ ਕਰਨਾ ਹੁੰਦਾ। ਪ੍ਰੋਫੈਸਰ ਸਾਹਿਬ ਸਿੰਘ ਨੂੰ ਅਗਰ ਤੁਸੀਂ ਪੜ੍ਹੋ, ਕਿਸੇ ਇੱਕ ਸ਼ਬਦ ਨੂੰ ਪੜ੍ਹ ਕੇ ਨਿਰਣਾ ਨਾ ਕਰਿਆ ਕਰੋ, ਭੁਲੇਖਾ ਪੈ ਜਾਂਦਾ। ਸਾਰੀ ਬਾਣੀ ਨੂੰ ਅਰਥਾਂ ਸਹਿਤ ਪੜ੍ਹ ਕੇ ਵੇਖੋ, ਫਿਰ ਪਤਾ ਲੱਗੇਗਾ ਕਿ ਬਾਣੀ ਦੀ ਮੂਲ ਵਿਚਾਰਧਾਰਾ ਕੀ ਹੈ। ਜ਼ਰੂਰੀ ਨਹੀਂ ਹੈ ਕਿ ਹਰ ਗੱਲ ਦਾ ਹਰ ਥਾਵੇਂ ਵਿਸ਼ਲੇਸ਼ਣ ਕੀਤਾ ਜਾਏ, ਇਸ਼ਾਰਾ ਮਾਤਰ ਗੱਲ ਸੰਗਤ ਸੁਚੇਤ ਹੁੰਦੀ ਹੈ, ਸਮਝ ਲੈਂਦੀ ਹੈ। ਅਤੇ ਕਈ ਵਾਰ ਬੰਦਾ ਕਹਿੰਦਾ ਜੀ ਇੱਥੇ ਇਹ ਗੱਲ ਨਹੀਂ ਆਖੀ, ਉਹਦੀ ਜ਼ਰੂਰਤ ਨਹੀਂ ਹੁੰਦੀ। ਹੁਣ ਜਿਹੜਾ ਜੰਮ ਜੰਦਾਰ ਦਾ ਅਰਥ ਕੀਤਾ ਨਾ ਪ੍ਰੋਫੈਸਰ ਸਾਹਿਬ ਸਿੰਘ ਨੇ, ਕਈ ਕਿਤੇ ਕਿਤੇ ਜਾ ਕੇ ਜਿੱਥੇ ਲੋੜ ਸਮਝੀ ਉਹਨਾਂ ਨੇ, ਉੱਥੇ ਉਹ ਅਰਥ ਕਰਦੇ ਆ ਜੰਮ ਜੰਦਾਰ, ਮਾਨੋ ਤੇਰੀ ਜ਼ਿੰਦਗੀ ਦੇ ਜਿਹੜੇ ਦੁੱਖ ਤੈਨੂੰ ਪਰੇਸ਼ਾਨ ਕਰਦੇ ਆ, ਉਹਨਾਂ ਨੇ ਭਾਵ ਲਿਆ। ਹੁਣ ਉਹਨੂੰ ਅਸੀਂ ਕਿਵੇਂ ਕੰਡੈਮ ਕਰਦੇ ਹਾਂ? ਜਿਹੜੇ ਦੁੱਖ ਬੰਦੇ ਨੂੰ ਪਰੇਸ਼ਾਨ ਕਰਦੇ ਨੇ, ਤੁਸੀਂ ਪੜ੍ਹੋ ਬਾਣੀ ਵਿੱਚ ਬਚਨ। ਆਪਾਂ ਜਦੋਂ ਬਾਰਾਂ ਮਾਹ ਕੀ ਬਾਣੀ ਪੜ੍ਹਦੇ ਹਾਂ ਨਾ, ਬਾਰਾਂ ਮਾਹ ਕੀ ਬਾਣੀ ਵਿੱਚ ਬਚਨ ਆਉਂਦਾ ਵੀ ਜਿਨ੍ਹਾਂ ਨੇ ਰੱਬ ਨੂੰ ਵਿਸਾਰਿਆ, ਵਾਹਿਗੁਰੂ ਨੂੰ ਭੁਲਾ ਦਿੱਤਾ, ਮੀਤ ਸੱਜਣ ਸਭ ਜਾਮ, ਉਹਨਾਂ ਦੇ ਮਿੱਤਰ ਸੱਜਣ ਭੈਣ ਭਾਈ ਸਾਰੇ ਜੰਮ ਬਣ ਗਏ।
ਉਹ ਬਈ ਜੰਮ ਤੇ ਕਿੱਥੇ ਹੈ, ਜੰਮ ਥੋੜਾ ਵੇਖਿਆ, ਕਿਹਨੇ ਵੇਖਿਆ, ਕਦੋਂ ਵੇਖਿਆ, ਪਰ ਭੈਣ ਭਾਈ ਸੱਜਣ ਮਿੱਤਰ ਜੰਮ ਬਣ ਗਏ। ਕਿਉਂ? ਉਹ ਦਿਨ ਰਾਤ ਸਾਨੂੰ ਦੁਖੀ ਕਰ ਰਹੇ ਆ, ਉਹ ਜੰਮ ਬਣ ਗਏ। ਸੰਕੇਤਕ ਸ਼ਬਦ ਹੁੰਦੇ ਨੇ, ਕਿਸੇ ਭੁਲੇਖੇ 'ਚ ਨਾ ਕਦੇ ਵੀ ਪੈਣਾ। ਗੁਰਬਾਣੀ ਦੇ ਬਚਨਾਂ ਨੂੰ ਸਮਝੋ। ਹਜ਼ੂਰ ਸੱਚੇ ਪਾਤਸ਼ਾਹ ਜੀ ਫਿਰ ਕਿਰਪਾ ਕਰਦੇ ਨੇ, ਗੁਰਮੁਖ ਜਿਨੀ ਆਰਾਧਿਆ ਤਿਨੀ ਤਰਿਆ ਸੰਸਾਰ। ਜਿਨ੍ਹਾਂ ਗੁਰੂ ਦੀ ਹਜ਼ੂਰੀ ਵਿੱਚ ਸਨਮੁਖ ਰਹਿ ਕੇ ਰੱਬ ਨੂੰ ਸਿਮਰਿਆ, ਉਹ ਭਵ ਜਲ ਤੋਂ ਪਾਰ ਲੰਘ ਗਏ। ਸਭ ਔਗਣ ਗੁਣੀ ਮਿਟਾਇਆ ਗੁਰ ਆਪੇ ਬਖਸ਼ਣ ਹਾਰ। ਸਾਰੇ ਔਗਣਾਂ ਨੂੰ ਸਤਿਗੁਰੂ ਮਿਹਰ ਕਰਕੇ ਐਸੇ ਗੁਰਸਿੱਖ ਨੂੰ, ਗੁਰਮੁਖ ਨੂੰ ਭਗਤ ਬਣਾ ਕੇ ਉਹਦੇ ਅੰਦਰ ਗੁਣ ਪੈਦਾ ਕਰਦਾ, ਤੇ ਸਾਰੇ ਔਗਣ ਗੁਣਾਂ ਦੇ ਰਾਹੀਂ ਬਖਸ਼ ਦਿੰਦਾ। ਇੰਜ ਨਹੀਂ ਰੱਬ ਬਖਸ਼ਦਾ ਵੀ ਮੈਂ ਔਗਣ ਆ ਰਹਾ ਮੈਨੂੰ ਵਾਹਿਗੁਰੂ ਨੇ ਬਖਸ਼ਦਾ, ਏਦਾਂ ਨਹੀਂ ਬਖਸ਼ਦਾ ਕਿਸੇ ਨੂੰ। ਬਹੁਤਾਤ ਸਾਡੀ ਇਹ ਸੋਚ ਹੁੰਦੀ ਅਸੀਂ ਆਏ ਤੇ ਬਖਸ਼ੇ ਗਏ, ਰੱਬ ਕਿਵੇਂ ਬਖਸ਼ਦਾ? ਅੱਜ ਦੇ ਸ਼ਬਦ ਨੂੰ ਚੰਗੀ ਤਰ੍ਹਾਂ ਵਿਆਖਿਆ ਸਹਿਤ ਪੋਥੀ ਲੈ ਕੇ ਪੜ੍ਹ ਲੈਣਾ, ਪਤਾ ਲੱਗੇਗਾ ਕਿਵੇਂ ਬਖਸ਼ਦਾ ਹੈ ਰੱਬ। ਰੱਬ ਬਖਸ਼ਦਾ ਹੈ ਤੇਰੇ ਅੰਦਰ ਸ਼ੁਭ ਗੁਣ ਪੈਦਾ ਕਰਕੇ, ਉਹਦੀ ਬਖਸ਼ਿਸ਼ ਹੁੰਦੀ ਹੈ। ਜਿਹੜਾ ਬੰਦਾ ਔਗਣ ਆ ਰਿਹਾ ਉਹਦੇ ਸੁਭਾਅ ਨੂੰ ਬਦਲ ਦਿੰਦਾ ਹੈ, ਉਹ ਸ਼ੁਭ ਗੁਣਾਂ ਦਾ ਧਾਰਨੀ ਬਣ ਜਾਂਦਾ ਤੇ ਆਪੇ ਬਖਸ਼ਿਆ ਜਾਂਦਾ। ਰੱਬ ਗੁਰੂ ਏਦਾਂ ਬਖਸ਼ਦੇ ਨੇ। ਕਿਵੇਂ ਬਖਸ਼ਿਆ? ਸਭ ਔਗਣ ਗੁਣੀ ਬਖਸ਼ਾਇਆ, ਸਾਰੇ ਔਗਣਾਂ ਨੂੰ ਗੁਣਾਂ ਦੇ ਰਾਹੀਂ ਮਾਲਕ ਨੇ ਮਿਟਾਇਆ, ਤੇ ਫਿਰ ਕਹਿੰਦੇ ਗੁਰ ਆਪੇ ਬਖਸ਼ਣਹਾਰ। ਪੂਰਾ ਗੁਰੂ ਆਪੇ ਮਿਹਰ ਕਰਦਾ, ਉਹਨਾਂ ਸੇਵਕਾਂ ਨੂੰ ਬਖਸ਼ਦਾ ਗੁਣਵਾਨ ਬਣਾ ਕੇ। ਪੌੜੇ ਹਰ ਕੀ ਭਗਤਾ ਪ੍ਰਤੀਤ ਹਰ ਸਭ ਕਿਛ ਜਾਣਦਾ। ਭਗਤਾਂ ਨੂੰ ਰੱਬ ਤੇ ਯਕੀਨ ਹੈ, ਪ੍ਰਤੀਤ ਹੈ, ਨਿਸ਼ਚਾ ਹੈ। ਕਿਹੜਾ? ਕਿ ਰੱਬ ਅੰਤਰਜਾਮੀ ਹੈ, ਉਹ ਸਭ ਕੁਛ ਜਾਣਦਾ ਹੈ। ਮਨਮੁਖ ਇਹ ਗੱਲ ਨਹੀਂ ਸਮਝਦਾ, ਇਸ ਲਈ ਅੰਦਰ ਬਹਿ ਕੇ ਪਾਪ ਕਮਾਏ, ਅੰਦਰ ਬਹਿ ਕੇ ਛੁਪ ਕੇ ਕਹਿੰਦਾ ਕਿ ਕੋਈ ਨਹੀਂ ਵੇਂਦਾ, ਪਾਪ ਕਰ ਲੈਂਦਾ, ਭਗਤ ਨਹੀਂ ਕਰਦਾ। ਉਹਨੂੰ ਇਹ ਗੱਲ ਪਤਾ ਲੱਗ ਗਈ ਹੈ ਕਿ ਮੇਰਾ ਵਾਹਿਗੁਰੂ ਅੰਤਰਜਾਮੀ ਹੈ, ਉਹਨੂੰ ਯਕੀਨ ਆ ਗਿਆ, ਉਹਨੂੰ ਪ੍ਰਤੀਤ ਆ ਗਈ, ਉਹਨੂੰ ਨਿਸ਼ਚਾ ਆ ਗਿਆ। ਹਰ ਜੇਵੜ ਨਾਹੀ ਕੋਈ ਜਾਣ ਹਰ ਧਰਮ ਵਿਚਾਰਦਾ। ਉਸ ਭਗਤ ਨੂੰ ਇਹ ਨਿਸ਼ਚਾ ਆਇਆ ਕਿ ਹਰ ਜੇਵੜ ਨਾਹੀ ਕੋਈ ਜਾਣ, ਰੱਬ ਦੇ ਬਰਾਬਰ ਕਦੇ ਕਿਸੇ ਨੂੰ ਨਾ ਸਮਝੀ, ਸਿਰਫ ਪਰਮਾਤਮਾ ਪਰਮਾਤਮਾ ਹੈ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ, ਤੇਰੇ ਨਾਲ ਉਪਮਾ ਕਿਹਨੂੰ ਦਈਏ, ਤੁਲਨਾ ਕਿਹਨੂੰ ਦਈਏ, ਤੇਰੇ ਸਮ ਸਮ ਬੋਡੀ ਕਿਹਨੂੰ ਖਿਲਾਰੀਏ, ਕਿਉਂਕਿ ਕੋਈ ਤੇਰੇ ਬਰਾਬਰ ਦਾ ਹੈ ਹੀ ਨਹੀਂ। ਐ ਮੇਰੇ ਮਾਲਕ, ਇਹ ਗੱਲ ਭਗਤ ਨੂੰ ਨਿਸ਼ਚਾ ਹੋ ਗਈ ਕਿ ਵਾਹਿਗੁਰੂ ਵਰਗਾ ਵੱਡਾ ਕੋਈ ਨਹੀਂ। ਕੀ ਵਡੱਪਣੇ ਉਹਦੇ ਵਿੱਚ? ਕਹਿਣ ਲੱਗੇ ਹਰ ਧਰਮ ਵਿਚਾਰਦਾ। ਪਰਮਾਤਮਾ ਜਿਹੜਾ ਨਿਆਉ ਕਰਦਾ ਹੈ ਨਾ, ਉਹ ਨਿਜ਼ਮ ਦੇ ਤਹਿਤ ਕਰਦਾ, ਉਹ ਕਦੇ ਕਿਸੇ ਨਾਲ ਵਧੀਕੀ ਨਹੀਂ ਕਰਦਾ ਹੈ। ਕਾੜਾ ਅੰਦੇਸਾ ਕਿਉਂ ਕੀਜੈ ਜਾਂ ਨਾਹੀ ਅਧਰਮ ਮਾਰਦਾ। ਕਾੜਾ ਕੱਢਣਾ, ਝੋਰਾ ਕਰਨਾ, ਅੰਦੇਸਾ ਭੈ ਕਰਨਾ, ਚਿੱਤ ਵਿੱਚ ਸੰਸਾ ਡਰ ਪੈਦਾ ਹੋ ਗਿਆ। ਕਾੜਾ ਅੰਦੇਸਾ ਕਿਉਂ ਕੀਜੈ, ਆਪਣੇ ਮਨ 'ਚ ਸ਼ੰਕਾ ਕਿਉਂ ਪੈਦਾ ਕਰਦਾ, ਭਰਮ ਕਿਉਂ ਪੈਦਾ ਕਰਦਾ, ਡਰ ਕਿਉਂ ਪੈਦਾ ਕਰਦਾ, ਝੁਰਦਾ ਕਿਉਂ ਹੈ? ਪੁੱਛਿਆ ਜੀ ਕੀ ਕਰਾਂ, ਡਰ ਲੱਗਦਾ, ਝੋਰਾ ਲੱਗਦਾ, ਤਾਂ ਕਿ ਮੈਨੂੰ ਭਰਮ ਹੈ ਕਿ ਮੇਰਾ ਵਾਹਿਗੁਰੂ ਕਿਤੇ ਮੇਰੇ ਨਾਲ ਵਧੀਕੀ ਨਾ ਕਰਦਾ। ਆਪਾਂ ਆਮ ਤੌਰ 'ਤੇ ਕਹਿੰਦੇ ਹਾਂ ਵੀ ਰੱਬ ਦੀ ਲਾਠੀ ਵਿੱਚ ਆਵਾਜ਼ ਨਹੀਂ ਹੁੰਦੀ, ਉਹ ਲਾਠੀ ਕਿਸੇ ਨੂੰ ਨਜਾਇਜ਼ ਨਹੀਂ ਮਾਰਦਾ, ਉਹਦੇ ਕਰਮ ਦੇ ਆਧਾਰ 'ਤੇ ਉਹਨੂੰ ਲਾਠੀ ਮਾਰਦਾ। ਇਹ ਕਹਾਵਤਾਂ ਐਵੇਂ ਨਹੀਂ ਬੜੀਆਂ, ਗੁਰਬਾਣੀ ਦੀ ਵਿਚਾਰ ਹੀ ਹੁੰਦੀ ਹੈ ਸਿਆਣਿਆਂ ਦੀਆਂ ਕਹਾਵਤਾਂ ਵਿੱਚ। ਰੱਬ ਦੀ ਡਾਂਗ ਵਿੱਚ ਆਵਾਜ਼ ਨਹੀਂ, ਪਰ ਆਵਾਜ਼ ਕਿਉਂ ਨਹੀਂ? ਕਿਉਂਕਿ ਬੰਦਾ ਪਾਪ ਕਰ ਰਿਹਾ ਸੀ, ਇੱਕ ਦਿਨ ਘੜਾ ਭਰਿਆ ਅਤੇ ਰੱਬ ਨੇ ਆਪਣੇ ਹੁਕਮ ਨਾਲ ਉਸ ਬੰਦੇ ਨੂੰ ਨੇਸ ਤੋਂ ਨਾਬੂਦ ਕਰ ਦਿੱਤਾ, ਉਹਦੀ ਮਰਜ਼ੀ ਹੈ। ਅਤੇ ਸਹਿਬ ਸੱਚੇ ਪਾਤਸ਼ਾਹ ਕਹਿੰਦੇ ਕਾੜਾ ਅੰਦੇਸਾ ਕਿਉਂ ਕੀਜੈ ਜਾਂ ਨਾਹੀ ਅਧਰਮ ਮਾਰਦਾ। ਅਧਰਮ ਧਰਮ ਦਾ ਅਰਥ ਹੈ ਨਿਜ਼ਮ, ਉਹ ਨਿਜ਼ਮ ਦੇ ਉਲਟ ਕਦੇ ਕਿਸੇ ਨਾਲ ਵਧੀਕੀ ਨਹੀਂ ਕਰਦਾ ਹੈ। ਸੱਚਾ ਸਾਹਿਬ ਸੱਚ ਨਿਆਉ ਪਾਪੀ ਨਰ ਹਾਰਦਾ। ਅਕਾਲ ਪੁਰਖ ਆਪ ਸੱਚਾ ਹੈ, ਸਦਾ ਸਥਿਰ ਰਹਿਣ ਵਾਲਾ ਹੈ, ਉਹਦਾ ਨਿਆਉ ਵੀ ਸੱਚਾ ਹੈ। ਆਪ ਸੱਚਾ, ਤਖਤ ਸੱਚਾ, ਬਹਿ ਸੱਚਾ ਕਰੇ ਨਿਆਉ, ਇਹ ਉਹਦੀ ਰਜ਼ਾ ਹੈ ਨਾ।
ਤਖਤ ਸੱਚਾ ਹੈ, ਆਪ ਵੀ ਸੱਚਾ ਹੈ, ਉਹਦਾ ਨਿਆਉ ਵੀ ਸੱਚਾ ਹੈ। ਕੋਈ ਬੰਦਾ ਕਦੇ ਵੀ ਗਿਲਾ ਨਹੀਂ ਕਰ ਸਕਦਾ, ਰੱਬ ਨੇ ਮੇਰੇ ਨਾਲ ਵਧੀਕੀ ਕੀਤੀ। ਪਰ ਦੁਨੀਆ ਇਹ ਕਹਿੰਦੀ ਸੁਣੀ ਦੀ ਹੈ, ਕਿਉਂਕਿ ਉਹਨਾਂ ਨੂੰ ਰਮਜ਼ ਸਮਝ ਨਹੀਂ ਆਈ, ਜੁਗਤ ਸਮਝ ਨਹੀਂ ਆਈ, ਤੇ ਫਿਰ ਬਖਸ਼ਿਸ਼ ਕਰਦੇ ਹਨ। ਸਾਲਾ ਹੋ ਭਗਤ ਹੋ ਕਰ ਜੋੜ, ਹਰ ਭਗਤ ਜਨ ਤਾਰਦਾ। ਪਿਛਲੀ ਪੰਕਤੀ ਵਿੱਚ ਇੱਕ ਬਚਨ ਰਹਿ ਗਿਆ, ਪਾਪੀ ਨਰ ਹਾਰਦਾ। ਜਿਹੜੇ ਮਨੁੱਖ ਦੀ ਸੁਰਤ ਪਾਪ ਵਿੱਚ ਲੀਨ ਹੈ, ਉਹ ਰੱਬ ਦੀ ਰਜ਼ਾ ਨਿਜ਼ਮ ਦੇ ਸਾਹਮਣੇ ਹਾਰਦਾ, ਯਾਨੀ ਉਹ ਬੰਦਾ ਰਜ਼ਾ ਨੂੰ ਨਹੀਂ ਸਮਝਦਾ ਤੇ ਭਵ ਜਲ ਵਿੱਚੋਂ ਜੇਤੂ ਨਹੀਂ ਹੋ ਸਕਦਾ, ਕਿਉਂਕਿ ਉਹਦੀ ਸੋਚ ਪਾਪ ਵਿੱਚ ਡੁੱਬੀ ਹੈ। ਸਲਾਹਿਓ ਭਗਤੋ ਕਰ ਜੋੜ, ਹਰ ਭਗਤ ਜਨ ਤਾਰਦਾ। ਇਹ ਸਾਰੇ ਜਗਤ ਦੇ ਭਗਤੋ, ਰੱਬ ਦੇ ਪਿਆਰਿਓ, ਸਿਮਰਨ ਕਰਨ ਵਾਲਿਓ, ਗੁਰਮੁਖੋ, ਇਹ ਬੰਦਗੀ ਵਿੱਚ ਜੁੜਿਓ ਹੋਇਓ, ਵਾਹਿਗੁਰੂ ਨੂੰ ਸਿਮਰਿਆ ਕਰੋ। ਮਹਾਰਾਜ ਕਿਉਂ ਸਿਮਰੀਏ? ਆਖਣ ਲੱਗੇ, ਉਹ ਭਗਤਾਂ ਦਾ ਬੇੜਾ ਹੀ ਪਾਰ ਲਾਉਂਦਾ ਹੈ, ਉਹ ਪਾਪੀ ਤਾਂ ਡੁੱਬ ਜਾਂਦੇ ਨੇ। ਇਸ ਲਈ ਸਾਰੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਪਣੇ ਮਨ ਕਰਕੇ ਸਿਮਰੀਏ, ਸੁਰਤ ਨੂੰ ਸਵਾਰ ਕੇ, ਸੋਚ ਨੂੰ ਸੁਧਾਰ ਕੇ ਜਦੋਂ ਸਿਮਰਾਂਗੇ ਤਾਂ ਸੱਚਮੁੱਚ ਸਾਡਾ ਜੀਵਨ ਆਨੰਦਮਈ ਬਣ ਜਾਏਗਾ। ਫਿਰ ਝੋਰਾ, ਅੰਦੇਸਾ, ਕਾੜਾ, ਭਰਮ, ਦੁਬਦਾ, ਇਹ ਕੁਛ ਨਹੀਂ ਰਹਿਣਾ। ਹਰ ਚੀਜ਼ ਤੈਨੂੰ ਰੱਬ ਦੇ ਅਨੁਕੂਲ ਚੱਲਦੀ ਨਜ਼ਰ ਆਏਗੀ, ਜਿਵੇਂ ਅਸਮਾਨ 'ਚ ਚੰਦਰਮਾ ਅਨੁਕੂਲ, ਧਰਤੀ ਅਨੁਕੂਲ, ਉਹਨਾਂ ਦਾ ਤਵਾਜ਼ਨ ਨਹੀਂ ਵਿਗੜਦਾ ਅਤੇ ਇਹ ਖੜ੍ਹੇ ਰਹਿੰਦੇ ਨੇ। ਉਹ ਚੰਦਰਮਾ ਕਰਕੇ ਧਰਤੀ ਅਤੇ ਧਰਤੀ ਕਰਕੇ ਚੰਦਰਮਾ, ਦੋਨੇ ਖਲੋਤੇ ਨੇ, ਵਿਗਿਆਨ ਦੱਸਦਾ, ਨਿਜ਼ਮ ਹੈ। ਤਾਰੇ, ਗ੍ਰਹਿ, ਨਕਸ਼ਤਰ ਇੱਕ ਦੂਜੇ ਨਾਲ ਜੁੜ ਕੇ ਖਲੋਤੇ ਨੇ ਨਿਜ਼ਮ ਵਿੱਚ, ਤੇ ਜਦੋਂ ਅਸੀਂ ਮਾਲਕ ਦੇ ਨਿਜ਼ਮ 'ਚ ਅਸੀਂ ਵਿਚਰਨ ਲੱਗ ਪਏ, ਉਸ ਦਿਨ ਸਾਡਾ ਵੀ ਆਤਮ ਮਿਆਰ ਨਹੀਂ ਗਿਰੇਗਾ। ਅਸੀਂ ਨਿਜ਼ਮ ਤੋੜ ਦਿੰਦੇ ਹਾਂ, ਸਾਡੇ ਅੰਦਰ ਵੀ ਸਭ ਕੁਝ ਨੇ ਇਸ ਤੋਂ ਨਮੂਦ ਹੋ ਜਾਂਦਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਰੀ ਸੰਗਤ ਦੇ ਸਿਰ 'ਤੇ ਰਹਿਮ ਦਾ, ਬਖਸ਼ਿਸ਼ ਦਾ ਹੱਥ ਰੱਖਣ।